अस्सलाम वालेकुम, वेलकम है जी तुहाडा सारिआं दा एक नवे ब्लॉग दे विच। अज संडे यार लाहौर दे विच सन्नाटा छाया है ते साढ़े जिहड़े गैसट आए ने उहनां नूं रिसीव करके ते अज प्लैन है असी करतारपुर साहब जाणा। रस्ते दे विच की गप्पां शप्पां हुंदीआं ने, की कुछ हुंदा, चलने आ नाले तुहानूं वखाउंदे आ की शुगल करने अज। ते लाहौर हो गई अज बारिश, सुबह सुबह दा टाइम है। आ देखो हर चीज़ धुप गई है पर साड़ी गड्डी जड़ी है वो गंदी हो गई है, तो कोई गल नहीं, चलने वधने आ जी होटल दे वल, वेख रहे अपने मेहमान की करते पे, उन्होंने रिसीव कर रहे हैं तो उन्होंने लैके चलने करतारपुर साहब। जुड़े रहे जी साढ़े नाल जी। आप पहुँच गए होटल के अंदर, सिक्योरिटी चैकअप तो बाद एंटर कर गए होटल च। साढ़े होटल का नाम है जी अवारी, बिल्कुल माल रोड के उपर तो आ लिखे आ गया अवारी लाहौर। आप रोकने झट इतने दे, उन्होंने देखने बंदे अपना ब्रेकफास्ट कर रहे होने। अपना उन्होंने नाल कमिटमेंट सी कि 9:30 बजे मैं आ जाऊँगा, तो 9:24 हो गए, तो मैं टाइम से लेट नहीं है जी। मैं चलने ਲੋ ਜੀ ਆਪਾਂ ਆ ਗਏ। ਹਾਂ ਜੀ ਭਾਜੀ, ਗੱਡੀ ਵੈਲਕਮ ਸਾਹਿਬ, ਇਹ ਬੈਲੇ ਦਾ ਕਾਰਡ ਹੈ ਸਰ। ਸਰ ਗੱਡੀ ਤੁਹਾਡੀ ਸੇਵ ਹੋ ਗਈ ਹੈ? ਹਾਂ ਜੀ ਸਰ। ਕੀ ਬਾਤ ਹੈ, ਤੇ ਮੌਸਮ ਨੂੰ ਅੱਜ ਕੀ ਕੀਤਾ? ਅੱਜ ਮੌਸਮ ਅੱਲਾ ਦੀ ਰਹਿਮਤ ਹੋ ਗਈ ਹੈ ਜੀ, ਬੜਾ ਸੋਹਣਾ ਮੌਸਮ ਹੋ ਗਿਆ ਮਾਸ਼ਾਅੱਲਾ। ਇਹ ਸਮੋਗ ਵਗੈਰਾ ਜਿਹੜੀ ਹੈ ਫੌਗ ਸੀ ਉਹ ਖਤਮ ਹੋ ਗਈ ਹੈ, ਤੇ ਉਹਦੀ ਵਜ੍ਹਾ ਤੋਂ ਕੋਈ ਬਿਹਤਰ ਹੋ ਗਿਆ ਮੌਸਮ, ਨਹੀਂ ਤੇ ਪਹਿਲੇ ਬਹੁਤ ਜ਼ਿਆਦਾ ਠੰਡ ਸੀ। ਤੇ ਫਰੈਸ਼ ਏਅਰ ਹੋ ਗਈ, ਦੇਖੋ ਨਾ ਪਰਿੰਦੇ ਸਾਰੇ ਜਾਨਵਰ ਸਭ ਖੁਸ਼ ਨੇ, ਅੱਲਾ ਦੀ ਰਹਿਮਤ ਹੋ ਗਈ ਹੈ। ਵਾਹ ਵਾਹ, ਬਸ ਸ਼ੁਕਰ ਹੈ ਜੀ ਅੱਲਾ ਦਾ, ਸੋਹਣਾ ਮੌਸਮ ਹੋ ਗਿਆ। ਚਲੋ ਜੀ ਬਹੁਤ ਚੰਗਾ ਲੱਗਾ, ਸ਼ੁਕਰੀਆ ਤੁਹਾਡਾ, ਵੈਲਕਮ ਸਰ। ਸਰ ਥੈਂਕ ਯੂ। ਚੱਲ ਰਹੇ ਜੀ ਅੰਦਰ, ਬੰਦਿਆਂ ਨੂੰ ਵੇਖਦੇ ਹਾਂ ਕੀ ਕਰਦੇ ਪਏ ਨੇ ਆਪਣੇ ਜੀ। ਸਰ ਕਰੋ ਚੈੱਕ। ਬਹੁਤ ਸ਼ੁਕਰੀਆ ਸਰ, ਥੈਂਕ ਯੂ। ਚਲੋ ਜੀ, ਸਾਡੀ ਸਿਕਿਉਰਿਟੀ ਚੈੱਕਅਪ ਹੋਣ ਤੋਂ ਬਾਅਦ ਅਸੀਂ ਅੰਦਰ ਐਂਟਰ ਕਰ ਗਏ। ਹਾਂਜੀ ਹਾਂਜੀ, ਚੱਲਣੇ ਮੇਰੇ ਕੋਲ ਬੰਦੇ ਆਪਣੇ ਅੰਦਰ ਹੋਣਗੇ। ਓ ਬਿਲਕੁਲ ਸਾਹਮਣੇ ਖੜਾ ਪਤਾ। ਬੰਦੇ ਨੂੰ ਨਹੀਂ ਪਤਾ ਮੈਂ ਉਹਨੂੰ ਫੋਲੋ ਕਰ ਰਿਹਾ। ਬੰਦੇ ਬ੍ਰੇਕਫਾਸਟ ਨੂੰ ਜੁੜੇ ਜੇ, ਬੰਦੇ ਬ੍ਰੇਕਫਾਸਟ ਕਰਦੇ ਪਏ ਜੇ। ਆ ਵੇਖੋ, ਵੈਰੀ ਗੁੱਡ ਮਾਰਨਿੰਗ ਸਰ, ਆਪਣਾ ਤਾਂ ਟਾਈਮ ਸੀ 9:30 ਦਾ। ਸਾਢੇ ਨੌ ਹੋ ਗਏ ਸਰ। ਅੱਛਾ ਜੀ, ਤੁਸੀਂ ਫਿਰ ਲੇਟ ਜੇ, ਹੋਰ ਲੇਟ ਜੇ ਸਰ, 10:00 ਵੱਜ ਗਏ ਉੱਥੇ। ਕੋਈ ਗੱਲ ਨਹੀਂ ਸਰ, ਕੋਈ ਗੱਲ ਨਹੀਂ, ਮੈਂ ਅਮੈਰੀਕਨ ਟਾਈਮ ਨੂੰ ਫੋਲੋ ਕਰਦੇ ਹੋਏ ਪਹੁੰਚਿਆ ਵਾਂ। ਮੈਨੂੰ ਪਤਾ ਸੀ ਕਿ ਅਮੈਰੀਕਨ ਬੰਦੇ ਜਿਹੜੇ ਨਾ ਬੜੇ ਪੰਕਚੁਅਲ ਨੇ, ਲੇਕਿਨ ਇੱਕ ਹੋਰ ਗੱਲ ਨਹੀਂ, ਮੈਂ ਕੋਰੀਅਨ ਨਾਲ ਕੰਮ ਕੀਤਾ, ਮੈਂ ਉਹਨਾਂ ਤੋਂ ਵੀ ਜ਼ਿਆਦਾ ਆਪਣਾ ਅਮੈਰੀਕਨ ਤੋਂ ਵੀ ਜ਼ਿਆਦਾ ਪੰਕਚੁਅਲ ਹਾਂ ਟਾਈਮ, ਕਿਉਂਕਿ ਉਹ ਨਾ ਆਪਾਂ ਕੰਮ ਕੀਤਾ ਵੀ ਐਜ਼ ਏ ਐਚ ਆਰ ਮੈਨੇਜਰ, ਮੈਂ ਕੰਸਟਰਕਸ਼ਨ ਕੰਪਨੀ ਸੀ ਕੋਰੀਅਨ ਦੀ, ਉਹਨਾਂ ਨਾਲ ਮੈਂ ਕੰਮ ਕੀਤਾ ਅਤੇ ਉਹ ਤਾਂ ਸੂਈ 'ਤੇ ਸੂਈ ਨਹੀਂ ਚੜ੍ਹਨ ਦਿੰਦੇ। ਚਲੋ ਜੀ ਖਿੱਚ ਕੇ ਰੱਖੋ ਸਰ। ਜੀ ਆਪਾਂ ਆ ਗਏ ਹਾਂ ਦਸਤਾਰ ਲੈ ਕੇ ਭਾਜ ਸਾਹਿਬ ਵਾਸਤੇ। ਅੱਜ ਇਹਨਾਂ ਨੇ ਪ੍ਰੋਮਿਸ ਕੀਤੇ ਸੀ ਕਿ ਮੈਂ ਦਸਤਾਰ ਇਹਨਾਂ ਨੂੰ ਦਿਆਂਗਾ ਅਤੇ ਇਹਨਾਂ ਦਸਤਾਰ ਬੰਨੀ। ਇਹ ਮੈਨੂੰ ਵੀ ਸੇਵਾ ਕੀਤੀ ਸੀ ਕਿਸੇ ਨੇ, ਇਹ ਅਸੀਂ ਤੁਹਾਡੇ ਹਿੱਸੇ 'ਚ ਆਈ ਭਾਜੀ ਲੱਗਦਾ, ਨਹੀਂ ਤੁਸੀਂ ਨਾ ਤੁਸੀਂ ਭਾਵੇਂ ਹਾਂ ਪੋਨੀ ਕਰਾਓ, ਅਤੇ ਇਹਨਾਂ ਦੇ ਵੈਸੇ ਨਾ ਮੇਰਾ ਖਿਆਲ ਇਹਨਾਂ ਦਾ ਕੱਦ ਬੜਾ ਹੈ। ਅੱਛਾ, ਲਾ ਲਓ ਪਾਣੀ ਤੇ ਵੱਟ ਵੁੱਟ ਨਿਕਲ ਜਾਣਗੇ। ਹਾਂ ਥੋੜੇ ਵੱਟ ਨਿਕਲ ਜਾਣਗੇ। ਮੈਂ ਲੈ ਕੇ ਲਓ ਜੀ, ਆਪਾਂ ਬੰਦਾ ਬਦਲ ਲਿਆ ਕਿਉਂਕਿ ਸਾਡਾ ਨਾ ਬੰਦੇ ਦਾ ਹਾਈਟ ਪਹਿਲੇ ਹੀ ਬੜੀ ਗੱਡੀ 'ਤੇ ਬਹਿ ਕੇ ਨਾ ਅਤੇ ਹਾਈਟ ਦਾ ਇਸ਼ੂ ਆ ਰਿਹਾ ਸੀ, ਅਤੇ ਫਿਰ ਅਸੀਂ ਬੰਦਾ ਬਦਲ ਕੇ ਅਤੇ ਦਸਤਾਰ ਹੁਣ ਬੰਨੀ ਆਪਣੇ ਗਿੱਲ ਸਾਹਿਬ ਦੇ। ਗਿੱਲ ਸਾਹਿਬ ਹੁਣ ਸਜਾਉਂਦੇ ਪਏ ਨੇ ਦਸਤਾਰ, ਤਿਆਰੀ ਪੂਰੀ ਹੈ। ਕਿੱਕਰਾਂ ਵਾਲੇ ਪਿੰਡ
लो जी बंदा रेडी हो गया साड़ा। हाँ जी तीस साल बाद बनी है आ तकरीबन मैं एक मिनट लगा हार्डली एक मिनट दे विच विच उन्होंने अपना हेल्प हाँ हेल्प तो वाह भी वाह शागे सर बहुत वधिया जी एक मिनट ये भी मेरे ख्याल यह रिकॉर्ड कायम होया किसी बंदे का कितनी देर कितनी बनी क्योंकि ये भी एक आर्ट एक कला है। हाँ नहीं मैं गल करना वैसे एक देखो कि मैं 6-7 मीटर की कपड़ा तो होना है आम तौर पर 6 मीटर तो उत्ते का कपड़ा होगा ठीक है ते 6 मीटर हाँ ते ये 6 मीटर के कपड़े नू किसी तरीके नाल सजाना तो घट तो घट टाइम च वधिया हो गया जी। हाँ चलो जी वधिया लो जी थैंक यू जी गड्डी वास्ते शुक्रिया सर। लो जी अपने बंदे गड्डी दे विच बैठ के रेडी ਕਬੀਨਾ ਰੱਬ ਰੱਖਾ ਸੇਫ ਜਰਨੀ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਆਓ ਚਾਬੀ ਆ ਦਿੱਤੀ ਜੇ ਗੱਡੀ ਦੀ ਸਰ ਸ਼ੁਕਰੀਆ ਸ਼ੁਕਰੀਆ ਆਓ ਵੇਖੋ ਸਰਦਾਰੀਆਂ ਕਾਇਮ ਹੋ ਗਈਆਂ ਇਧਰ ਵੇਖ ਤਿਆਰੀ ਹੈ ਮਾਰੀ ਨਾਰਾ ਚਲੋ ਜੀ ਨਿਕਲ ਲਗੇ ਓਕੇ ਕੋਈ ਨਹੀਂ ਕੋਈ ਨਹੀਂ ਕਰਾਂਦੇ ਭਾਜੀ ਕੀ ਵੇਚਣ ਦੇ ਹੋ ਭਾਈ ਨਹੀਂ ਨਹੀਂ ਕਿੰਨੇ ਬੈਠੇ ਭਾਈ ਦਾ ਪੂਰਾ ਤਜਰਬਾ ਗਰੀ ਵੇਚਣ ਦਾ ਕਾਪੜੇ चलो भाई शेरो ला दे दौड़ हूं लो जी आप रुक गए नारंग मंडी शहर च नारंग मंडी शहर का जी चावल बड़ा मशहूर है तो आप आ गए बंदे साढ़े ने पीनी सी चाह इतने बन रहा दुध पत्ती बनती पी ए मोड़ नारंग मंडी का मोड़ हाँ दरम्यानी जी एक बन बन की रहा दुध पत्ती है ते चाह कि दुध पत्ती किनू कहते दुध पत्ती कहें अच्छा जी चलो अलग पता चलता चाह का यह बनती पी है जी चाह कपा च नहीं पानी ए नहीं पेपर कप मंगवाओ ए प्लास्टिक कप ने ये गर्म हो गए ना इन्होंने पिघल जाना है 0 मीटर का अपने साफ करके अच्छा मीटर पीछा करा लें लो भाजी पांच बंदे हैं इतने यानी चार बंदे जड़े ने वो वेले खड़े ने ये आ वेले खड़े ने किसी नहीं पता वह कला बंदा जिन्हें दस्तार सजाई है आ जे वैली वो बंदा वह भी वेख रहा कि मैनू कोई कोई क्यों नहीं पुछता पाया बंदे अपना का जेहन बन गया है कि दाल माश जी ना वो खाण का भाई की कर लगा अच्छा चाल आ बंदा मेन चाल आ बंदा पिछे रह गया उन्होंने चाह कि लो जी दाल माश ते नाल रोटियां चुप कर जा ते नाल हरियां मिर्चां भी आ गईयां जे मेरे इक चमचा है लाई यार चमचा कम आई लाला बोल हां जी भाजी अपना असी जा रहे असी ते रस्ते दे विच भाई यार ने क्वेश्चन रेज कीता इना क्वेश्चन रेज कीता जी तुहाडे ब्याह किवें हुंदे ने ते आपां हुण ब्याहवां दा कंपैरिजन करन लगे हां क्योंकि उधर किस तरह हुंदे ने ते इधर किवें हुंदे ने भाई किवें हुंदा तुहाडा ब्याह स्टार्ट साडा मैं दस लवां साडा इनिशियली ये हुंदा है कि पहले ना वो मेहंदी मेहंदी ला के जाते हैं ना उकटन जी कहते हैं येलो सूट पा के पीले रंग का सूट पा के जाना माइयों कहते माइयों हाँ माइयों बिठाना फिर उस तो बाद बरात तो एक दिन पहले वो होंगी मेहंदी रात के टाइम यानी पूरे फैमिली मैंबर कट्ठे होंगे ने मुंडे नाल गाना बनते हैं ठीक है गाना गाने की बनाई करके ते नाल ही उन्हों तेल तूल लाते हैं और रस्मां पूरी करते हैं मठियाई मठियाई के नाल नचना गाना होंगे उस तो अगले दिन होंगे जी बरात जिन्हों साढ़े इधर इस इलाके कहते हैं ढुकन चली बरात बी हाँ जी ढुकन चली है या विह मतलब बरात चली है तो फिर ला जो लास्ट डे होंगे लास्ट डे कह सकते हैं लास्ट डे होंगे वह होंगे रिसैप्शन रिसैप्शन असं उन्होंने वलीमा कहते हैं तो हम कि होंगे बल्कि उस तो बाद एक छोटा जहा हों रसम
ਉਹ ਕੀ ਕਹਿੰਦੇ ਨੇ ਉਹ ਜਿਵੇਂ ਮੁੰਡਾ ਰਿਸੈਪਸ਼ਨ ਵਾਲੇ ਦਿਨ ਚਲੇ ਜਾਂਦਾ ਨਾ ਸਹੁਰਿਆਂ ਨਾਲ ਹਾਂਜੀ ਤੇ ਬਾਅਦ ਚੋਂ ਮਕਲਾਵਾ ਲੈਣ ਜਾਂਦੇ ਆ ਇੱਕ ਦਿਨ ਬਾਅਦ ਇੱਕ ਦਿਨ ਬਾਅਦ ਜਾਂ ਦੋ ਦਿਨ ਬਾਅਦ ਉਹ ਡਿਪੈਂਡ ਕਰਦਾ ਕਿੰਨੀ ਦੂਰ ਹੈ ਕਿੰਨੀ ਨਜ਼ਦੀਕ ਹੈ ਉਹਨੂੰ ਆਖਰੀ ਯਾਨੀ ਉਹ ਰਸਮ ਹੈ ਮਕਲਾਵੇ ਦੀ ਉਸ ਤੋਂ ਬਾਅਦ ਫਿਰ ਨਾਰਮਲ ਹੋ ਜਾਂਦਾ ਸਾਡੇ ਮਕਲਾਵਾ ਹੁਣ ਖਤਮ ਆ ਉੱਥੇ ਅੱਛਾ ਮਕਲਾਵਾ ਖਤਮ ਸੇਮ ਡੇ ਹਾਂਜੀ ਅੱਛਾ ਮਕਲਾਵਾ ਖਤਮ ਆ ਪਹਿਲਾਂ ਹੁੰਦਾ ਜੀ 20-25 ਸਾਲ ਪਹਿਲਾਂ ਅੱਛਾ ਹੁਣ ਨਹੀਂ ਮਕਲਾਵਾ ਹੁੰਦਾ ਹਾਂ ਨਹੀਂ ਨਹੀਂ ਤਾਂ ਪਹਿਲਾਂ ਸਾਡੇ ਜਾਗ ਹੁੰਦੀ ਆ ਅੱਛਾ ਵਿਆਹ ਤੋਂ ਇੱਕ ਦਿਨ ਪਹਿਲਾਂ ਫਿਰ ਬਰਾਤ ਹੋ ਜੂਗੀ ਜਾਂ ਕੁੜੀ ਦਾ ਵਿਆਹ ਕੁੜੀ ਦਾ ਵਿਆਹ ਹੋ ਜੂਗਾ ਹਾਂ ਤੇ ਜੇ ਮੁੰਡੇ ਦਾ ਵਿਆਹ ਫਿਰ ਅਗਲੇ ਦਿਨ ਰਿਸੈਪਸ਼ਨ ਰਿਸੈਪਸ਼ਨ ਪਾਰਟੀ ਕਹ ਲੋ ਹਾਂ ਉਹ ਆ ਜਿਹੜਾ ਮਕਲਾਵਾ ਉਹਦਾ ਕਟਿਆ ਗਿਆ ਵਿੱਚ ਅਜਾ ਕਟਿਆ ਹੀ ਗਿਆ ਹਾਂਜੀ ਨਹੀਂ ਨਹੀਂ ਸਾਡੇ ਮਕਲਾ ਪਹਿਲਾਂ ਹੁੰਦਾ ਸੀ ਪਹਿਲਾਂ ਇੱਕ ਦਿਨ ਵਿਆਹ ਫਿਰ ਅਗਲੇ ਦਿਨ ਮਕਲਾਵਾ ਹੁੰਦਾ ਸੀ ਉਹ ਸੀਗਾ 90s ਦਾ ਦੌਰ 90 ਤੋਂ ਪਹਿਲਾਂ ਖਤਮ ਹੋ ਗਿਆ ਬਟ ਉਹ ਵਰਡ ਇਹ ਐਗਜ਼ਿਸਟ ਕਰਦਾ ਮਕਲਾਵਾ ਨਾ ਸਾਨੂੰ ਪਤਾ ਗਾਂ ਵਾਲੇ ਪੀੜ੍ਹੀ ਨੂੰ ਨਹੀਂ ਮੈਨੂੰ ਲੱਗਦਾ ਪਤਾ ਹੁੰਦਾ ਰਾਈਟ ਉਹ ਇਹ ਹੁੰਦੀ ਨਾ ਘਰ ਦੀਆਂ ਮਤਲਬ ਭਰਜਾਈ ਹੋ ਗਈ ਜਾਂ ਬਿਲਕੁਲ ਭੈਣਾਂ ਹੋ ਗਈਆਂ ਤੇ ਉਹ ਬਸ ਦੋ ਚਾਰ ਚੀਜ਼ ਜਾ ਕੇ ਤੇ ਕੁੜੀ ਨੂੰ ਵਾਪਸ ਲੈ ਆਉਂਦੇ ਨੇ ਘਰ ਉਹ ਹੁਣ ਸੇਮ ਡੇ ਹੀ ਕਰ ਲੈਂਦੇ ਆ ਅੱਛਾ ਸੇਮ ਡੇ ਹੀ ਕਰਦੇ ਸੇਮ ਡੇ ਕਈ ਕਰਦੇ ਆ ਵੀ ਕੁੜੀ ਨੂੰ ਵਿਦਾ ਕਰਤਾ ਹਾਂ ਵਿਦਾ ਕਰਨ ਤੋਂ ਬਾਅਦ ਉਹ ਜੂ ਚੋਂ ਬਾਹਰ ਨਿਕਲ ਗਏ ਪਿੰਡ ਦੀ ਠੀਕ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਫਿਰ ਵਾਪਸ ਫੇਰ ਆ ਜਾਂਦੇ ਆ ਅੱਛਾ ਇਹ ਤੇ ਹੋ ਗਿਆ ਸਾਡੇ ਇਲਾਕੇ ਦੀਆਂ ਰਸਮਾਂ ਦੇ ਹਿਸਾਬ ਨਾਲ ਵਿਆਹ ਹੁਣ ਆ ਜਾਂਦੇ ਆ ਰਿਲੀਜੀਅਸ ਦੇ ਹਿਸਾਬ ਨਾਲ ਰਿਲੀਜੀਅਸ ਦੇ ਹਿਸਾਬ ਨਾਲ ਸਾਡਾ ਇਸਲਾਮੀ ਜਿਹੜਾ ਰਿਲੀਜੀਅਸ ਉਹਦੇ ਵਿੱਚ ਇਹ ਹੋਵੇਗਾ ਕਿ ਨਿਕਾਹ ਕਰਨਾ ਨਿਕਾਹ ਮੀਨਸ ਕਿ ਘਰ ਦੇ ਕੁਛ ਲੋਕ ਬੈਠਣਗੇ ਕੁੜੀ ਵਾਲੇ ਤੇ ਮੁੰਡੇ ਵਾਲੇ ਉਹਨਾਂ ਨੇ ਬੈਠ ਕੇ ਨਿਕਾਹ ਖਾਨ ਨੇ ਜਿਹੜਾ ਹਾਂ ਮਸਜਿਦ 'ਚ ਜਾਓ ਜਾਂ ਕਿਤੇ ਵੀ ਜਾ ਕੇ ਉੱਥੇ ਜਾ ਕੇ ਤੇ ਚਾਰ ਬੰਦੇ ਵੀ ਬਹਿ ਕੇ ਤੇ ਨਿਕਾਹ ਕਰ ਲਓ ਅਗਲੇ ਦਿਨ ਤੁਸੀਂ ਰਿਸੈਪਸ਼ਨ ਪਾਰਟੀ ਦਿਓ ਪੂਰੀ ਜਿਹੜੇ ਤੁਹਾਡੇ ਰਿਲੇਟਿਵਸ ਨੇ ਦੋਨੋਂ ਸਾਈਡਾਂ ਦੇ ਔਰ ਤੁਹਾਡੇ ਦੋਸਤ ਨੇ ਉਹਨਾਂ ਨੂੰ ਸਾਰਿਆਂ ਨੂੰ ਬੁਲਾਓ ਤੇ ਖੁਸ਼ੀ ਕਰੋ ਖਾਣਾ ਖਵਾਓ ਸੋ ਤੁਹਾਡਾ ਤੁਹਾਡੇ ਮਜ਼ਹਬ ਦੇ ਮੁਤਾਬਕ ਕਿਸ ਤਰ੍ਹਾਂ ਹੁੰਦਾ ਹੈ ਵਿਆਹ ਜਿਹੜਾ ਐਕਚੁਅਲ ਹੋਣਾ ਚਾਹੀਦਾ ਸਾਡੇ ਉਹ ਦੱਸਿਆ ਵੀ ਪਹਿਲੇ ਦਿਨ ਜਾਗੋ ਦੂਜੇ ਦਿਨ ਬਰਾਤ ਜਾਂਦੀ ਆ ਗੁਰਦੁਆਰਾ ਸਾਹਿਬ ਤਾਂ ਪਹਿਲਾਂ ਮੋਸਟਲੀ ਵਿਆਹ ਪੈਲਸਾਂ 'ਚ ਹੁੰਦੇ ਆ ਹਾਂ ਉੱਥੇ ਚਾਹ ਪਾਣੀ ਦਾ ਹੁੰਦਾ ਉੱਥੇ ਇਹ ਮਜ਼ਹਬ ਦੇ ਹਿਸਾਬ ਨਾਲ ਰਿਲੀਜੀਅਸ ਦੇ ਹਿਸਾਬ ਨਾਲ ਇੰਜ ਹੀ ਹੋਣਾ ਗੁਰਦੁਆਰਾ ਸਾਹਿਬ ਜਾਣਦਾ ਪਹਿਲਾਂ ਚਾਹ ਪਾਣੀ ਪੀ ਕੇ ਫਿਰ ਜਿਹੜੇ ਬਾਹਲੇ ਕਲੋਜ਼ ਹੁੰਦੇ ਆ ਦੋ ਚਾਰ ਫੈਮਿਲੀ ਆ ਜਾਂ ਰਿਲੇਟਿਵਸ ਜਾਂ ਫਰੈਂਡਸ ਉਹ ਚਲ ਜਾਂਦੇ ਗੁਰਦੁਆਰਾ ਸਾਹਿਬ ਉੱਥੇ ਆਨੰਦ ਕਾਰਜ ਹੁੰਦਾ ਆਨੰਦ ਕਾਰਜ ਤੋਂ ਬਾਅਦ ਫਿਰ ਉਹ ਪੈਲਸ 'ਚ ਆ ਜਾਂਦੇ ਆ ਉਹ ਤੋਂ ਬਾਅਦ ਆਪਣੇ ਲੰਚ ਜਾਂ ਡਿਨਰ ਜੋ ਕਹਿ ਲਓ ਰੋਟੀ ਰੋਟੀ ਤੋਂ ਬਾਅਦ ਆ ਜਿਹੜਾ ਤੁਹਾਨੂੰ ਦੱਸਿਆ ਵੀ ਕਈ ਕਰ ਲੈਂਦੇ ਆ ਮਕਲਾਵੇ ਦੀ ਰਸਮ ਕਈ ਨਹੀਂ ਕਰਦੇ ਡਿਪੈਂਡ ਕਰਦਾ ਇਲਾਕੇ ਦੇ ਨਾ ਕੀ ਹਾਲੇ ਚੱਲ ਰਿਹਾ ਉੱਥੇ ਸਹੀ ਹੈ ਤੇ ਉਸ ਤੋਂ ਬਾਅਦ ਘਰੋਂ ਘਰੀ ਅੱਛਾ ਇਹ ਮੁਸ਼ਕਲਾਂ ਅਸੀਂ ਆਪ ਆਪਣੀਆਂ ਵਧਾਈਆਂ ਨੇ ਮੈਂ ਹੁਣ ਉਹੀ ਗੱਲ ਕਰਨ ਦੇ ਸੀ ਕਿ ਸਾਡੇ ਵਿਆਹਾਂ ਤੇ ਜਿਹੜੇ ਖਾਣੇ ਨੇ ਨਾ ਉਹ ਅੱਜ ਤੋਂ ਮੈਂ 15 ਸਾਲ ਜਾਂ ਇੰਨਾ ਕੁ ਟਾਈਮ ਹੋ ਗਿਆ ਵਨ ਡਿਸ਼ ਦਾ ਕਨਸੈਪਟ ਆਇਆ ਤੇ ਚਲੋ ਜੇ ਕੋਈ ਕਰ ਵੀ ਜਾਂਦਾ ਨਾ ਬੜਾ ਵੀ ਕੋਈ ਕਰ ਜਾਂਦਾ ਤਾਂ ਉਹ ਜ਼ਿਆਦਾ ਤੋਂ ਜ਼ਿਆਦਾ 5-7 ਜਾਂ 10 ਡਿਸ਼ਾਂ ਕਰ ਜਾਂਦੇ ਨੇ ਤੁਹਾਡੇ ਵਿਆਹਾਂ ਤੇ ਕਿੰਨੀਆਂ ਡਿਸ਼ਾਂ ਹੁੰਦੀਆਂ ਨੇ ਆਮ ਕੋਈ ਚਲੋ ਨਾਰਮਲ ਵਿਆਹ ਦੀ ਗੱਲ ਕਰ ਲੈਂਦੇ ਆਪਾਂ ਇਹਨਾਂ ਨੇ ਸਾਡਾ ਲੱਕ ਤੋੜਿਆ ਮਤਲਬ ਅਸੀਂ ਕੀ ਕਰਨੇ ਆ ਕਿਸੇ ਨੂੰ ਵੇਖਦੇ ਹਾਂ ਕਿਸੇ ਦਾ ਉਹ ਕੀ ਕਹਿੰਦੇ ਨੇ ਆਪਣਾ ਨੱਕ ਰੱਖਣ ਵਾਸਤੇ ਨਾ ਆਪਣਾ ਲੱਕ ਤੜਾ ਲੈਂਦੇ ਹਾਂ ਸਾਡੇ ਰਸਮੀ ਤੌਰ ਤੇ ਵਿਆਹ ਹੁੰਦਾ ਹੈ ਮਤਲਬ ਉਹਦੇ ਪਿੱਛੇ ਲਾਲਚ ਡੈਫੀਨੇਟਲੀ ਹੁੰਦਾ ਹੋਵੇਗਾ ਯਾਰ ਫੈਮਲੀਆਂ ਨੂੰ ਅੱਛੀ ਫੈਮਲੀ ਮਿਲ ਜਾਵੇ ਬਟ ਇਹ ਨਹੀਂ ਹੁੰਦਾ ਕਿ ਕੁੜੀ ਕੋ ਇਹ ਬੈਨੀਫਿਟ ਲੈਣਾ ਕਿ ਉਹ ਬਾਹਰ ਜਾਵੇਗੀ ਤੇ ਸਾਡੇ ਮੁੰਡੇ ਨੂੰ ਨਾਲ ਲੈ ਕੇ ਜਾਏਗੀ ਉਹ ਆਈਲੈਟਸ ਕਰੇ ਤੇ ਫਿਰ ਉਹ ਸਾਡੇ ਮੁੰਡਾ ਉਹ ਐਗਰੀਮੈਂਟ ਟਾਈਪ ਵਾਲਾ ਕੰਮ ਇੱਥੇ ਇਹ ਨਹੀਂ ਉਹ ਇਹ ਮਤਲਬ ਜਿਹੜਾ ਪ੍ਰੋਪਰ ਵਿਆਹ ਹੁੰਦਾ ਹੈ ਮਾਂ ਪਿਓ ਜਾ ਕੇ ਲੈ ਕੇ ਆਉਂਦੇ ਨੇ ਜਾਂ ਵੇਖ ਕੇ ਆਉਂਦੇ ਨੇ ਤੇ ਉਹ ਡਿਸਾਈਡ ਕਰਦੇ ਜਿਵੇਂ ਮੈਂ ਮਤਲਬ ਹਰ ਕਿਸੇ ਦੇ ਕੇਸ ਮੇਰੇ ਕੇਸ ਦੇ ਵਿੱਚ ਵੀ ਮੇਰੇ ਪੇਰੈਂਟਸ ਨੇ ਡਿਸਾਈਡ ਕੀਤਾ ਸੀ ਸੋ ਮੋਟਾ ਜਿਹਾ ਇੰਨਾ ਕੁ ਆਈਡੀਆ ਲਾ ਲਿਆ ਜੋ 40 ਸਾਲ ਪਹਿਲਾਂ ਜੋ ਪੰਜਾਬ ਦਾ ਮਾਹੌਲ ਸੀਗਾ ਤਕਰੀਬਨ ਹੁਣ ਇਹ ਜੀ ਉਹ ਚੀਜ਼ ਹੈ ਹਾਂ ਮੈਨੂੰ ਇਹ ਨਹੀਂ ਮੈਨੂੰ ਇਹ ਨਹੀਂ ਪਤਾ ਹੁਣ ਤੁਹਾਡਾ ਕਿੰਨਾ ਕੁ ਮਾਹੌਲ ਚੇਂਜ ਹੋ ਗਿਆ ਉਧਰ ਸਾਡੇ ਮਾਹੌਲ ਜ਼ਿਆਦਾ ਚੇਂਜ ਹੋ ਗਿਆ ਅੱਛਾ ਲੋੜ ਤੋਂ ਬਾਅਦ ਚੇਂਜ ਹੋ ਗਿਆ ਅੱਛਾ ਲੋ ਜੀ ਆਪਾਂ ਐਂਟਰ ਕਰ ਗਏ ਹਾਂ ਨਾਰੋਵਾਲ ਸ਼ਹਿਰ ਦੇ ਵਿੱਚ ਆਹ ਹੈਗਾ ਜੀ ਨਾਰੋਵਾਲ ਸ਼ਹਿਰ ਦੀ ਐਂਟਰੀ ਦਾ ਗੇਟ
ਸ਼ਹਿਰ ਆ ਗਿਆ ਜੀ ਨਾਰੋਵਾਲ, ਅਤੇ ਨਾਰੋਵਾਲ ਤਕਰੀਬਨ ਕੋਈ ਰਹਿ ਜਾਂਦਾ ਕਿ ਪੰਦਰਾਂ ਪੰਦਰਾਂ ਕੁ ਕਿਲੋਮੀਟਰ, ਪੰਦਰਾਂ ਸੋਲ੍ਹਾਂ ਕਿਲੋਮੀਟਰ ਨਾ ਕਰਤਾਰਪੁਰ ਸਾਹਿਬ। ਹਾਂਜੀ, ਨਾਰੋਵਾਲ ਸ਼ਹਿਰ ਇੱਕ ਸਾਈਡ ਤੋਂ ਐਂਟਰ ਕਰਕੇ ਅਤੇ ਅਸੀਂ ਐਗਜ਼ਿਟ ਕਰ ਗਏ। ਮੈਂ ਕਿਹਾ 5 ਮਿੰਟ ਨਹੀਂ ਲੱਗੇ ਹੋਣੇ ਸਾਨੂੰ, ਹੈ ਨਾ, 5 ਕੁ ਮਿੰਟਾਂ 'ਚ ਆ ਬਸ ਇੱਥੋਂ ਹੁਣ ਅਸੀਂ ਲੈਫਟ ਕਰਨਾ ਅਤੇ ਆਊਟਸਾਈਡ ਆ ਜਾਂਦੀ ਇਹਦੀ। ਹਾਂਜੀ, ਇੱਥੋਂ ਇਸ ਚੌਕ 'ਚ ਲੈਫਟ ਕਰਾਂਗੇ, ਇੱਥੇ ਹੁਣ ਰਹਿ ਗਿਆ ਤਕਰੀਬਨ ਕੋਈ 12-15 ਕਿਲੋਮੀਟਰ ਇੱਥੋਂ ਆਊਟ ਹੋ ਗਏ। ਹਾਂ, ਸਿੱਧਾ ਹੁਣ ਉੱਧਰ ਹੀ ਜਾਣਾ। ਅੱਛਾ, ਸਿੱਧਾ। ਹਾਂਜੀ, ਆਪਾਂ ਪਹੁੰਚ ਗਏ ਹਾਂ ਜੀ ਕਰਤਾਰਪੁਰ ਸਾਹਿਬ, ਅਤੇ ਇੱਥੋਂ ਚੈਕਿੰਗ ਕਰਵਾ ਕੇ ਅਤੇ ਹੁਣ ਅੱਗੇ ਨੂੰ ਵਧਣਾ। ਆਹ ਬੱਸ ਲੈ ਕੇ ਜਾਂਦੀ ਇੱਥੋਂ, ਰੌਲਾ ਪੈ ਗਿਆ। ਕਾਹਦਾ ਰੌਲਾ ਪਾਤਾ ਜੀ ਮੁੰਡਿਓ? ਹੈਂ, ਅੱਛਾ ਜੀ, ਸਰਦਾਰ ਜੀ ਤੁਹਾਡੇ ਕਰਕੇ ਰੌਲਾ ਪੈ ਗਿਆ ਇੱਥੇ। ਮੇਰੇ ਯਾਤਰੀ ਲਿਖਿਆ, ਮੈਂ ਇੱਥੇ ਨਾਲ ਹੀ ਆ। ਇਹ ਸੇਮ ਹੀ ਆ, ਬਾਈ ਦੇ ਵੀ ਸੇਮ ਹੀ। ਮੇਰਾ ਮੇਰਾ ਵਿਜ਼ਟਰ ਦਾ ਵੀਡੀਓ ਬਣੀਆਂ ਦੀ ਵੀਡੀਓ ਡੈਡੀ ਨੂੰ ਭੇਜਣੀ ਆ। ਆਹ ਦੇਖ ਲਓ, ਮਨੀ ਐਕਸਚੇਂਜ ਹੈਗੀ ਆ। ਹੈਲੋ, ਕਰੰਸੀ ਐਕਸਚੇਂਜ ਆ ਵੀ ਹੈਗਾ। ਨਹੀਂ ਕਿਤੇ, ਉਹੀ 280 ਯਾਰ, ਕੱਲ ਵੀ 285 ਦਿੱਤਾ ਜੀ ਉਹਨੇ, 285 ਹੈ। ਕਿੰਨਾ ਕਿੰਨਾ ਫਰਕ ਸੀ? ਲੋਕ ਜਾਏ ਤੁਰਕ ਚਲ ਗਿਆ ਨਾ, ਲੋਕ 12 ਰੁਪਏ ਚਲੇ ਜਾਂਦੇ ਵਾਪਸ। ਸਭ ਤੋਂ ਵੱਡਾ ਗੁਰਦੁਆਰਾ ਦੁਨੀਆ, ਆਪਾਂ ਆ ਗਏ ਹਾਂ ਜੀ ਅੰਦਰੋਂ ਦਰਸ਼ਨ ਕਰਕੇ ਬਾਹਰ, ਅਤੇ ਹੁਣ ਸਫ਼ਰ ਹੈ ਸਾਡਾ ਲਾਹੌਰ ਦਾ। ਤਕਰੀਬਨ ਇੱਥੋਂ 2 ਘੰਟੇ ਦੀ ਡਰਾਈਵ ਹੈ। ਸਭ ਬੰਦੇ ਆਪਣੀ ਟੀਮ ਪੂਰੀ ਹੈ ਜੀ, ਚਲੋ ਆ ਜਾਓ ਆ ਜਾਓ ਆ ਜਾਓ, ਵੇਖ ਲਓ ਕੋਈ ਬੰਦਾ ਪਿੱਛੇ ਰਹਿ ਤਾਂ ਨਹੀਂ ਗਿਆ। ਲਓ ਜੀ, ਆਹ ਨਿਕਲਦੇ ਪਿੰਡ ਆਉਂਦਾ ਦੁੱਧਾ ਪਿੰਡ, ਦੱਸਦੇ ਨੇ ਇੱਥੋਂ ਬਾਬਾ ਜੀ ਨੇ, ਯਾਨੀ ਇੱਥੋਂ ਦੇ ਇਸ ਪਿੰਡ ਦੇ ਲੋਕ ਜਿਹੜੇ ਬਾਬਾ ਜੀ ਨੂੰ ਦੁੱਧ ਪਹੁੰਚਾਉਂਦੇ ਹੁੰਦੇ ਸੀ। ਸੋ ਇੱਥੋਂ ਹੁਣ ਅਸੀਂ ਨਿਕਲ ਪਏ ਹਾਂ ਲਾਹੌਰ ਵੱਲ ਨੂੰ, ਸਾਡਾ ਸਫ਼ਰ ਸ਼ੁਰੂ ਹੈ ਅਤੇ ਚੱਲਦੇ ਹਾਂ 1.5 ਤੋਂ 2 ਘੰਟੇ 'ਚ ਅਸੀਂ ਲਾਹੌਰ ਸਰ।